ਅਜੀਤ ਵੈੱਬ ਟੀ ਵੀ ਵੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਹੈ ਜੀ। ਮੈਂ ਤੁਹਾਡਾ ਸਾਥੀ ਧਰਵਿੰਦਰ ਸਿੰਘ ਔਲਖ। ਦੋਸਤੋ, ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਬਰਾੜ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ, ਅਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਗੁਰੂ ਸਰ ਬਰਾੜ। ਇਹ ਉਹ ਸਥਾਨ ਆ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਲਾਹੌਰ ਤੋਂ ਵਾਪਸ ਆਏ ਤਾਂ ਇਸ ਜਗ੍ਹਾ 'ਤੇ ਉਹਨਾਂ ਨੇ ਠਹਿਰਾਅ ਕੀਤਾ ਸੀ। ਇਸ ਜਗ੍ਹਾ 'ਤੇ ਬੜਾ ਹੀ ਇਤਿਹਾਸਿਕ, ਬੜਾ ਹੀ ਖੂਬਸੂਰਤ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇੱਥੋਂ ਦੀ ਲੋਕਲ ਕਮੇਟੀ ਵੀ ਕੰਮ ਕਰ ਰਹੀ ਆ ਅਤੇ ਇਸ ਦੇ ਨਾਲ ਨਾਲ ਲੋਕਲ ਕਮੇਟੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਇੱਥੋਂ ਦਾ ਜਿਹੜਾ ਵਾ ਸੇਵਾ ਸੰਭਾਲ ਦਾ ਕੰਮ ਅਤੇ ਨਾਲ ਕਾਰ ਸੇਵਾ ਵਾਲੇ ਬਾਬਾ ਜੀ ਇੱਥੇ ਸੇਵਾ ਕਰ ਰਹੇ ਨੇ ਅਤੇ ਤੁਹਾਨੂੰ ਇੱਥੋਂ ਦੇ ਕਰਵਾਉਣੇ ਆ ਦਰਸ਼ਨ ਅਤੇ ਨਾਲੇ ਇੱਥੋਂ ਦੇ ਇਤਿਹਾਸ ਵਾਲੇ ਜਾਣੂ ਤੁਹਾਨੂੰ ਕਰਵਾਉਂਦੇ ਹਾਂ। ਅਤੇ ਆਓ ਵੇਖਦੇ ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ। ਗੁਰਦੁਆਰਾ ਗੁਰੂਸਰ ਬਰਾੜ ਅੰਮ੍ਰਿਤਸਰ ਸ਼ਹਿਰ ਤੋਂ ਲੈਂਦੇ ਪਾਸੇ ਵਸੇ ਪਿੰਡ ਮਦੋਕੇ ਬਰਾੜ ਵਿਖੇ ਸਥਿਤ ਹੈ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਤੋਂ ਪਰਤਦਿਆਂ ਇਸ ਜਗ੍ਹਾ ਪਧਾਰੇ ਸਨ। ਗੁਰੂ ਜੀ ਦੇ ਨਾਲ ਬਾਬਾ ਬੁੱਢਾ ਜੀ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪਰਾਗਾ ਜੀ, ਭਾਈ ਮੋਖਾ ਜੀ ਆਦਿ ਬੇਅੰਤ ਸਿੱਖ ਸਨ। ਇਤਿਹਾਸ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਜੀ ਨੇ ਇਸ਼ਨਾਨ ਕਰਨ ਹਿੱਤ ਭਾਈ ਜੇਠਾ ਜੀ ਨੂੰ ਜਲ ਤਲਾਸ਼ ਕਰਨ ਲਈ ਕਿਹਾ। ਭਾਈ ਜੇਠਾ ਜੀ ਨੇ ਦੱਸਿਆ ਕਿ ਇੱਥੇ ਕੋਲ ਹੀ ਇੱਕ ਜਲ ਦਾ ਸੋਮਾ ਹੈ, ਪਰ ਉਸ ਦਾ ਪਾਣੀ ਪਲੀਤ ਹੈ। ਗੁਰੂ ਜੀ ਨੇ ਉਸ ਜਲ ਦੇ ਸੋਮੇ ਵੱਲ ਦੇਖਿਆ ਤਾਂ ਜਲ ਨਿਰਮਲ ਰੱਖਣ ਦਾ ਪ੍ਰਬੰਧ ਕਰਵਾਇਆ। ਅੱਜ ਇਸ ਜਗ੍ਹਾ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿਸ ਦਾ ਪ੍ਰਬੰਧ ਸਥਾਨਕ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਗੁਰੂਸਰ ਬਰਾੜ ਦੇ। ਗੁਰਦੁਆਰਾ ਗੁਰੂਸਰ ਬਰਾੜ ਦੇ ਹੈੱਡ ਗ੍ਰੰਥੀ ਬਾਬਾ ਨਰਵੈਰ ਸਿੰਘ ਜੀ ਸਾਡੇ ਕੋਲ ਮੌਜੂਦ ਨੇ ਅਤੇ ਉਹਨਾਂ ਕੋਲੋਂ ਜਾਣਾਂਗੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ। ਗੁਰੂ ਪਿਆਰੇ ਖਾਲਸਾ ਜੀ, ਇਹ ਪਾਵਨ ਸਥਾਨ ਛੇਵੇਂ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਂਦਿਆਂ ਹੋਇਆਂ ਇੱਥੇ ਮਹਾਰਾਜ ਸਾਹਿਬ ਜੀ ਦੇ ਪਾਵਨ ਚਰਨ ਪਾਏ ਅਤੇ ਇਸ ਪਾਵਨ ਸਥਾਨ ਦਾ ਨਾਂ ਗੁਰਦੁਆਰਾ ਗੁਰੂਸਰ ਮਾਧੋਕੇ ਬਰਾੜ ਹੈ। ਸ਼ਾਮ ਦੇ ਵਕਤ ਜਦੋਂ ਸਤਿਗੁਰੂ ਸਾਹਿਬ ਜੀ ਇਸ ਸਥਾਨ 'ਤੇ ਪੁੱਜੇ, ਰਾਤ ਇੱਥੇ ਠਹਿਰਨਾ ਕੀਤਾ, ਅੰਮ੍ਰਿਤ ਵੇਲੇ ਦਾ ਜਦੋਂ ਸਮਾਂ ਹੋਇਆ ਤਾਂ ਸਤਿਗੁਰੂ ਸਾਹਿਬ ਜੀ ਦੇ ਨਾਲ ਬਾਬਾ ਜੇਠਾ ਜੀ, ਉਹਨਾਂ ਨੂੰ ਜਲ ਦੀ ਮੰਗ ਕੀਤੀ ਕਿ ਬਾਬਾ ਜੇਠਾ ਜੀ ਜਲ ਵੇਖੋ, ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਰੇ ਗੁਰਸਿੱਖਾਂ ਨੇ ਉੱਥੇ ਇਸ਼ਨਾਨ ਕੀਤਾ। ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ ਸਥਾਨ ਜਿਹੜਾ ਪ੍ਰਸਿੱਧ ਹੋਵੇਗਾ। ਸੋ ਇਸ ਪਾਵਨ ਸਥਾਨ ਦਾ ਉਸ ਵੇਲੇ ਤੋਂ ਨਾਂ ਗੁਰਦੁਆਰਾ ਗੁਰੂਸਰ ਹੈ, ਜਿਹਦੇ ਨਾਲ ਆਪਾਂ ਗੁਰੂਸਰ ਮਾਧੋਕੇ ਬਰਾੜ ਕਰਕੇ ਜਾਣਿਆ ਜਾਂਦਾ ਹੈ। ਅਤੇ ਹਰ ਮਹੀਨੇ ਇੱਥੇ ਮੱਸਿਆ ਦਾ ਦਿਹਾੜਾ ਜਿਹੜਾ ਲੱਗਦਾ, ਜਿਸ ਮੱਸਿਆ ਦੇ ਦਿਹਾੜੇ 'ਤੇ ਹਜ਼ਾਰਾਂ ਹੀ ਸੰਗਤਾਂ ਦੂਰੋਂ ਨੇੜਿਓਂ ਪਹੁੰਚ ਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਥਾਨ 'ਤੇ ਪਹੁੰਚ ਕੇ ਮਹਾਰਾਜ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਦੀਆਂ ਨੇ। ਇਸ ਪਾਵਨ ਸਥਾਨ ਦਾ ਪ੍ਰਬੰਧ 1998 ਦੇ ਵਿੱਚ ਇੱਥੇ ਜਿਹੜਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਆਇਆ। ਉਸ ਤੋਂ ਬਾਅਦ ਲਗਾਤਾਰ ਲੋਕਲ ਕਮੇਟੀਆਂ ਬਣਦੀਆਂ ਰਹੀਆਂ। ਇਸ ਵੇਲੇ ਦਾ ਜਿਹੜਾ ਪ੍ਰਬੰਧ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਗੁਰਦੁਆਰਾ ਸ਼ਰਹਾੜਾ ਸਾਹਿਬ ਦੇ ਨਾਲ ਅਟੈਚ ਕੀਤਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਗੁਰਦੁਆਰਾ ਗੁਰੂਸਰ ਬਰਾੜ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਬਾਬਾ ਨਰਵੈਲ ਸਿੰਘ ਹੋਰਾਂ ਨੇ ਅਤੇ ਨਾਲ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ। ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ। ਅਤੇ ਹੁਣ ਤੁਹਾਡੇ ਕੋਲੋਂ ਚਾਹੁੰਦੇ ਹਾਂ ਇਜਾਜ਼ਤ। ਮੈਂ ਤੁਹਾਡਾ ਸਾਥੀ ਧਰਵਿੰਦਰ ਸਿੰਘ ਔਲਖ ਅਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਬਲਦੇਵ ਸਿੰਘ ਕੰਬੋ। ਇੱਥੇ ਹੀ ਚਾਹੁੰਦੇ ਹਾਂ ਇਜਾਜ਼ਤ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।